सत श्री अकाल, मैं गुरमिंदर सिंह सत समझ। श्री अकाल। फॉरेन स्टूडेंट्स, ये अक्षर आए कितों ने? बच्चे पंजाब दे बाहर जाने लई क्यों मर रहे हैं? पिछले साल करीब करीब 5 लाख बच्चा वीजा लगा के इंग्लैंड, ऑस्ट्रेलिया, अमेरिका, कनेडा पढ़न गया। एडे वड्डे की कारण ने? पिछले साल आम आदमी पार्टी की सरकार पंजाब दे विच वड्डे वादे लेके आई कि असी बेरोजगारी खत्म कर देंगे। किहड़ियां गल्लां ने कि पंजाब दे विच बच्चे पढ़ने नहीं चाहते? बेरोजगारी इन्नी ज्यादा कि इथों की पढ़ाई, इथों की नौकरी नाल तालमेल नहीं बिठा पा रहे। पर उस तो भी वड्डी गल हो जाती है जो तो सरकारां वड्डे वादे करके आउण ते गैर जिम्मेवारी नाल उही पुरानियां सरकारां दियां लकीरां दे उपर लकीरां मारन दा काम जारी रखण। फिर असी लोकतंत्र तो की लैणा? फिर जिहड़े इन्हां चोणां तो पहला वड्डे वड्डे वादे कीते गए सी, फिर उन्हां तो असी की लैणा? जे असी श्रोमणी प्रबंधक कमेटी दे प्रबंधकां नूं माड़ा कह रहे हां कि उह धर्म दे नाल गलत कर रहे ने, गैर अखलाकी काम कर रहे ने, ते फिर सरकार नूं की आखी? पंजाब दी हायर एजुकेशन दा इस वेले इन्ना बुरा हाल है कि पंजाब दीयां 3 यूनिवर्सिटियां दे विच वाइस चांसलर ही नहीं हैगे। PAU ते मेडिकल यूनिवर्सिटी दे वाइस चांसलर दा रौला पिया वा गवर्नर ते पंजाब दा, पंजाब दे मुख मंत्री दा। ਉਹ ਕਦੇ ਅਪਾਇੰਟਮੈਂਟ ਹੁੰਦੀ ਆ, ਕਦੇ ਉਹਦੇ ਤੇ ਗਵਰਨਰ ਇਸ਼ੂ ਕਰ ਦਿੰਦਾ। ਪਿਛਲੇ ਮਹੀਨੇ ਪੰਜਾਬ ਵਿਧਾਨ ਸਭਾ 2 ਦਿਨ ਦਾ ਐਕਸਟੈਂਡਡ ਬਜਟ ਸੈਸ਼ਨ ਲਾਇਆ ਗਿਆ। ਉਹਦੇ ਵਿੱਚ ਮੇਜਰਲੀ 3-4 ਬਿੱਲ ਲਿਆਂਦੇ ਗਏ। ਇੱਕ ਤਾਂ UPSC ਨੂੰ DGP ਦਾ ਬਿੱਲ ਸੀਗਾ, ਇੱਕ ਪੰਜਾਬ ਯੂਨੀਵਰਸਿਟੀ ਐਕਟ ਲਿਆਂਦਾ ਗਿਆ ਜਿਹਦੇ ਵਿੱਚ ਸੀਗਾ ਕਿ ਪੰਜਾਬ ਦਾ ਮੁੱਖ ਮੰਤਰੀ ਹੀ ਪੰਜਾਬ ਦੀਆਂ ਯੂਨੀਵਰਸਿਟੀਜ਼ ਦਾ ਚਾਂਸਲਰ ਹੋਏਗਾ ਤੇ ਉਹ ਵਾਈਸ ਚਾਂਸਲਰ ਦੀ ਅਪਾਇੰਟਮੈਂਟ ਕਰੇਗਾ। ਤੀਜਾ ਸੀਗਾ ਕਿ ਗੁਰਦੁਆਰਾ ਐਕਟ 1925 ਵਿੱਚ ਬਦਲਾਅ ਕੀਤਾ ਗਿਆ ਸੀ ਕਿ ਗੁਰਬਾਣੀ ਦੇ ਰਾਈਟਸ ਸਰਕਾਰ ਸਾਰਿਆਂ ਨੂੰ ਫ੍ਰੀ ਦਿਖਾਏਗੀ ਤੇ ਉਹ ਸਾਰਾ ਸੈਟਅਪ ਆਪਣਾ ਲਾਏਗੀ। ਗਵਰਨਰ ਨੇ ਤਿੰਨੋ ਹੀ ਬਿੱਲ ਇਹ ਕਹਿ ਕੇ ਨਕਾਰਤੇ ਕਿਉਂਕਿ 2 ਦਿਨ ਦਾ ਸੈਸ਼ਨ ਬਜਟ ਸੈਸ਼ਨ ਦੀ ਐਕਸਟੈਂਸ਼ਨ ਸੀ ਤੇ ਉਹ ਜੋ ਚੀਜ਼ ਬਣਦੀ ਨਹੀਂ ਉਹ ਕਹਿੰਦਾ ਅਟੋਰਨੀ ਜਨਰਲ ਆਫ ਇੰਡੀਆ ਨੇ ਮਨਾ ਕਰਤਾ ਤੇ ਉਹਨੇ ਉਹਦਾ ਬਹਾਨਾ ਲੈ ਕੇ ਉਹ ਚੀਜ਼ ਉਹਦੇ ਉਵੇਂ ਤੱਕ। ਹੁਣ ਪੰਜਾਬ ਦੇ ਵਿੱਚ ਇੱਕ ਰਵਾਇਤ ਚੱਲੀ ਆਉਂਦੀ ਹੈ ਕਿ ਮੁੱਖ ਮੰਤਰੀ ਆਪਣਾ ਬਹੁਤ ਹੀ ਨੇੜੇ ਦਾ ਚਹੇਤਾ ਬੰਦਾ ਕਿਸੇ ਵੀ ਯੂਨੀਵਰਸਿਟੀ ਵਿੱਚ ਵਾਈਸ ਚਾਂਸਲਰ ਲਾ ਦਿੰਦੇ ਨੇ, ਉਦੋਂ ਬਾਅਦ ਨੂੰ ਐਕਸਟੈਂਸ਼ਨ 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 ਦੇਈ ਜਾਂਦੇ। ਨਵੇਂ ਆਈਡੀਆਸ, ਨਵੇਂ ਬੰਦੇ ਆਉਣ ਹੀ ਨਹੀਂ ਦਿੰਦੇ ਅੱਗੇ। ਪੋਲੀਟੀਕਲ ਇੰਨਾ ਜ਼ਿਆਦਾ ਜ਼ੋਰ ਫੜ ਗਿਆ ਚੀਜ਼ਾਂ ਇਹ ਕਿ ਕੁਝ ਵੀ ਨਹੀਂ ਹੋ ਪਾ ਰਿਹਾ। ਮੈਂ ਗੱਲ ਕਰ ਰਿਹਾ, ਤੁਹਾਨੂੰ ਇੱਕ ਚੀਜ਼ ਦਿਖਾਉਣੀ ਚਾਹਾਂਗਾ, ਬੜੀ ਇੰਪੋਰਟੈਂਟ, ਬੜੀ ਬਹੁਤ ਜ਼ਿਆਦਾ। ਤੁਸੀਂ ਇਹ ਦੇਖੋ ਵੀ ਆਹ ਪੰਜਾਬੀ ਯੂਨੀਵਰਸਿਟੀ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੌਕਰੀ ਛੱਡ ਗਏ। ਇਹ ਗੱਲ ਅੱਜ ਦੀ ਨਹੀਂ ਹੈਗੀ, ਮੈਂ 2017 ਦੀ ਕਰ ਰਿਹਾ। ਉਸ ਵੇਲੇ ਡਾਕਟਰ ਜਸਪਾਲ ਸਿੰਘ ਜੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅੱਖ ਦਾ ਬਾਲ ਸੀਗੇ, 11 ਸਾਲ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਰਹੇ ਨੇ, ਜਦੋਂ ਕੋ ਵਾਈਸ ਚਾਂਸਲਰ ਲਈ UGC ਨੇ 3 ਸਾਲ ਰੱਖੇ ਗਏ ਨੇ। ਐਕਸਟੈਂਸ਼ਨ ਦੇ ਲਓ, ਫਿਰ ਐਕਸਟੈਂਸ਼ਨ ਦੇਤੀ, ਫਿਰ ਐਕਸਟੈਂਸ਼ਨ ਦੇਤੀ, ਮਤਲਬ 11 ਸਾਲ ਕਿੰਨੀ ਵਾਰ ਐਕਸਟੈਂਸ਼ਨਾਂ, ਸਾਲ ਸਾਲ ਦੀਆਂ ਕਰਕੇ ਦੋ ਤਿੰਨ ਵਾਰ ਪੂਰੀਆਂ ਐਕਸਟੈਂਸ਼ਨਾਂ, 11 ਸਾਲ ਕੱਟ ਗਏ। ਉਹ ਵੀ ਸਰਕਾਰ ਬਦਲ ਗਈ ਤੇ ਬੰਦਾ ਭੱਜਿਆ ਨਹੀਂ, ਉਹ ਜਾਣ ਨੂੰ ਤਿਆਰ ਨਹੀਂ ਸੀ। ਔਰ ਜੋ ਉਸ ਬੰਦੇ ਨੇ, ਡਾਕਟਰ ਜਸਪਾਲ ਸਿੰਘ ਨੇ ਪੰਜਾਬੀ ਯੂਨੀਵਰਸਿਟੀ ਦਾ ਨਾਸ ਮਾਰਿਆ, ਉਹਦਾ ਭੁਗਤਾਨ ਅੱਜ ਯੂਨੀਵਰਸਿਟੀ ਕਰ ਰਹੀ ਆ। ਇੰਨੀ ਜ਼ਿਆਦਾ ਓਵਰਲੈਪਿੰਗ ਕਰ ਗਿਆ, ਇੰਨੇ ਨਜਾਇਜ਼ ਭਰਤੀ ਕਰ ਗਿਆ, ਜਿਹੜੀਆਂ ਲੋੜ ਨਹੀਂ ਸੀ ਉਹ ਭਰਤੀਆਂ ਕਰ ਗਿਆ, ਤੇ ਹੁਣ ਤਨਖਾਹ ਦਿੰਦੀ ਯੂਨੀਵਰਸਿਟੀ ਕੁੱਬੀ ਹੋਈ ਖੜੀ ਆ, ਕੁੱਬ ਪੈ ਗਿਆ। 400 ਕਰੋੜ ਰੁਪਈਆ ਸਾਲ ਦਾ ਚਾਹੀਦਾ ਤੇ ਆਮਦਨ ਹੈਗੀ ਆ ਮੁਸ਼ਕਿਲ ਨਾਲ ਥੋੜੀ ਜਿਹੀ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਵੀ ਜਿਹੜਾ ਉਸ ਵੇਲੇ ਵਾਈਸ ਚਾਂਸਲਰ ਪ੍ਰੋਫੈਸਰ ਅਜੈਬ ਸਿੰਘ ਬਰਾੜ ਗਏ ਸੀ, ਉਹ ਵੀ ਇਸ ਤਰ੍ਹਾਂ ਐਕਸਟੈਂਸ਼ਨ ਲੈਂਦੇ ਗਏ। ਉਸ ਤੋਂ ਬਾਅਦ 2017 ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਬਹੁਤ ਹੀ ਅਜ਼ੀਜ਼ ਸੁਖਬੀਰ ਸਿੰਘ ਸੰਧੂ, ਜੋ ਆਈਐਸ ਅਫਸਰ ਸੀਗੇ ਦਿੱਲੀ, ਉਹਨਾਂ ਦੇ ਜੀਜਾ ਜੀ ਡਾਕਟਰ ਜਸਪਾਲ ਸਿੰਘ ਸੰਧੂ, ਜਿਹੜੇ ਉਸ ਵੇਲੇ UGC ਦੇ ਸੈਕਟਰੀ ਸੀਗੇ, ਤੇ ਉਹਨਾਂ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਲਾਤਾ 2017 ਤੋਂ 20 ਤੱਕ, 20 ਤੋਂ 23 ਤੱਕ, ਦੋ ਮਤਲਬ ਪੂਰੀ ਪੂਰੀ ਟੱਬ ਲਾ ਲਈ। ਹੁਣ ਉਹ ਜਨਾਬ ਫੇਰ ਐਕਸਟੈਂਸ਼ਨ ਲੈ ਗਏ। ਮਤਲਬ ਹਾਲਾਤ ਪੰਜਾਬ ਦੇ ਇਹ ਨੇ ਕਿ ਸਾਡੇ ਕੋਲੇ 3 ਕਰੋੜ ਦੀ ਆਬਾਦੀ ਆ, ਤੇ ਸਾਡੇ ਕੋਲੇ ਇੱਕ ਵਾਈਸ ਚਾਂਸਲਰ ਰੱਖਣ ਯੋਗ ਬੰਦਾ ਨਹੀਂ ਹੈਗਾ। ਤੁਸੀਂ ਜੇ ਬਾਹਲੀ ਦੂਰ ਨਾ ਜਾਓ ਤਾਂ ਨਜ਼ਰ ਮਾਰੋ ਪੰਜਾਬ ਦੇ ਵਿੱਚ ਯੂਨੀਵਰਸਿਟੀਆਂ ਕਿੰਨੀਆਂ ਨੇ। ਬਾਬਾ ਫਰੀਦ ਯੂਨੀਵਰਸਿਟੀ ਹੈਲਥ ਸਾਇੰਸਿਸ ਫਰੀਦਕੋਟ, ਜਿਹਦੇ ਵਿੱਚੋਂ ਉਹ ਚੇਤਨ ਸਿੰਘ ਜੌੜੇ ਮਾਜਰਾ ਨੇ ਗੱਦੇ ਤੇ ਪਾ ਕੇ ਵਾਈਸ ਚਾਂਸਲਰ ਭਜਾਇਆ ਸੀਗਾ। ਉਸ ਤੋਂ ਬਾਅਦ ਗੁਰੂ ਅੰਗਦ ਦੇਵ ਯੂਨੀਵਰਸਿਟੀ ਵੈਟਰਨਰੀ ਸਾਇੰਸ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਜਿਹਦੇ ਪਿਛਲੇ 2017 ਤੋਂ ਡਾਕਟਰ ਜਸਪਾਲ ਸਿੰਘ ਵਾਈਸ ਚਾਂਸਲਰ ਚੱਲੇ ਆ ਰਹੇ ਨੇ, ਤੇ ਹੁਣ 6 ਮਹੀਨੇ ਦੀ ਐਕਸਟੈਂਸ਼ਨ ਫੇਰ ਲੈ ਗਿਆ। ਜਿਹੜੀ ਮੇਜਰ ਗੱਲ ਹੈਗੀ ਆ, ਜਿਹੜੀ ਮੈਂ ਰੱਖਿਆ, ਪੰਜਾਬ ਹੋਇਆ ਸ਼ਰਮਸਾਰ ਭਗਵੰਤ ਮਾਨ ਬਚਨਾਂ ਤੋਂ ਪਲਟੇ, ਇਹ ਗੱਲ ਤੇ ਵੀ ਆਵਾਂਗੇ, ਪਰ ਪਹਿਲਾਂ ਅਸੀਂ ਮਾਹੌਲ ਨੂੰ ਸਮਝ ਲਈ। ਫਿਰ ਗੁਰੂ ਰਵਿਦਾਸ ਆਯੁਰਵੈਦਿਕ ਯੂਨੀਵਰਸਿਟੀ ਹੁਸ਼ਿਆਰਪੁਰ, IIK ਗੁਜਰਾਲ, ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ, ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਜਿਹਦੇ ਵਿੱਚ ਆਪਾਂ ਆਪਣੇ ਪੰਜਾਬ ਗਵਰਨਮੈਂਟ ਦਾ 40% ਹਿੱਸਾ, 60% ਕੇਂਦਰ ਸਰਕਾਰ ਦਾ, PAU ਲੁਧਿਆਣਾ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੰਜਾਬ ਸਪੋਰਟਸ ਯੂਨੀਵਰਸਿਟੀ ਪਟਿਆਲਾ, ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਤਲਵੰਡੀ ਸਾਬੋ, ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾਅ ਪਟਿਆਲਾ, ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਗੁਰਦਾਸਪੁਰ, ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ, ਸ੍ਰੀ ਗੁਰੂ ਤੇਗ ਬਹਾਦਰ ਸਟੇਟ ਯੂਨੀਵਰਸਿਟੀ ਆਫ ਲਾਅ ਤਰਨ ਤਾਰਨ ਸਾਹਿਬ। ਤੁਹਾਨੂੰ ਪਤਾ ਸੀ ਵੀ ਯੂਨੀਵਰਸਿਟੀਆਂ ਇੰਨੀਆਂ ਨੇ ਪੰਜਾਬ ਦੇ ਵਿੱਚ? ਆਪਣਾ ਤੁਸੀਂ ਦੇਖੋ ਵੀ ਸ਼ਹੀਦ ਭਗਤ ਸਿੰਘ ਯੂਨੀਵਰਸਿਟੀ ਫਿਰੋਜ਼ਪੁਰ, ਸਰਦਾਰ ਬੇਅੰਤ ਸਿੰਘ ਯੂਨੀਵਰਸਿਟੀ, ਸ੍ਰੀ ਗੁਰੂ ਤੇਗ ਬਹਾਦਰ ਯੂਨੀਵਰਸਿਟੀ ਆਫ ਲਾਅ, ਇਹ ਖਾਲੀਆਂ ਪਈਆਂ। ਸ੍ਰੀ ਗੁਰੂ ਤੇਗ ਬਹਾਦਰ ਯੂਨੀਵਰਸਿਟੀ ਆਫ ਲਾਅ ਦੀ ਜਿਹੜੀ ਵਾਧੂ ਚਾਰਜ ਆ, ਉਹ ਡਾਕਟਰ ਜਸਪਾਲ ਸਿੰਘ ਨੂੰ ਦਿੱਤਾ, ਜੋ ਕਿ ਸਪੋਰਟ ਸਾਇੰਸ ਦਾ ਵਿਦਿਆਰਥੀ ਆ, ਸਪੋਰਟ ਸਾਇੰਸ ਦਾ ਹੀ ਟੀਚਰ ਹੈਗਾ, ਤੇ ਉਹ ਲਾਅ ਦੀ ਯੂਨੀਵਰਸਿਟੀ ਨੂੰ ਚਲਾ ਰਿਹਾ ਜਦੋਂ ਕਿ ਉਹਨੂੰ ਲੀਗਲ ਦਾ ਕੱਖ ਨਹੀਂ ਪਤਾ ਹੈਗਾ। ਇਸੇ ਤਰੀਕੇ ਨਾਲ ਬੂਟਾ ਸਿੰਘ ਨੂੰ 2 ਯੂਨੀਵਰਸਿਟੀਆਂ ਦੇ ਰੱਖੀਆਂ ਨੇ, ਗੁਰੂ ਸ਼ਹੀਦ ਭਗਤ ਸਿੰਘ ਵੀ ਤੇ ਮਹਾਰਾਜਾ ਰਣਜੀਤ ਸਿੰਘ ਵੀ, ਤੇ ਇੱਕ ਜਮਾਈ ਆਪਣੀ ਖਾਲੀ ਉਹ ਪਈ ਹੈਗੀ ਬਿੰਦ ਸਿੰਘ ਵਾਲੀ। ਇਹ ਸਾਡੀਆਂ ਇਸ ਵੇਲੇ ਪੰਜਾਬ ਦੇ ਹਾਲਾਤ ਨੇ। ਪੰਜਾਬ ਸਰਕਾਰ ਗੱਲਾਂ ਜ਼ਰੂਰ ਵੱਡੀਆਂ ਵੱਡੀਆਂ ਕਰ ਰਹੀ ਆ, ਹਰਜੋਤ ਸਿੰਘ ਬੈਂਸ ਰੋਜ਼ ਹੀ ਬੜੇ ਬੜੇ ਟਵਿੱਟਰ ਮਾਰੇ ਜਾਣਗੇ ਵੀ ਪੰਜਾਬ ਦੇ ਵਿੱਚ ਅਸੀਂ ਕਦੇ ਪ੍ਰਿੰਸੀਪਲ ਸਿੰਗਾਪੁਰ ਭੇਜਤੇ, ਕਦੇ ਹੈਦਰਾਬਾਦ ਭੇਜਤੇ, ਹਾਇਰ ਐਜੂਕੇਸ਼ਨ ਦਾ ਤੁਸੀਂ ਨਾਸ ਮਾਰਨ ਲੱਗੇ ਹੋਏ ਹੋ। ਇਹ ਵਾਈਸ ਚਾਂਸਲਰ ਦੇ ਖਿਲਾਫ ਉੱਥੋਂ ਦੀ ਜਿਹੜੀ ਟੈਕਨੀਕਲ ਆਪਣੀ ਉਹ ਹੈਗੀ ਆ ਨਾ, ਸੋਰੀ, ਯੂਨੀਵਰਸਿਟੀ ਟੀਚਰ ਐਸੋਸੀਏਸ਼ਨ, ਉਹਨਾਂ ਨੇ ਲਿਖਤੀ ਸ਼ਿਕਾਇਤ ਕੀਤੀ ਹੋਈ, ਔਰ ਖੁਦ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੇ ਇਸ ਬੰਦੇ ਦੇ ਖਿਲਾਫ ਵਿਜੀਲੈਂਸ ਇਨਕੁਆਇਰੀ ਮਾਰਕ ਕੀਤੀ, ਤੇ ਉਹਨੂੰ ਇਹ 1 ਸਾਲ ਦੀ ਐਕਸਟੈਂਸ਼ਨ ਦੇ ਲਈ ਤਜਵੀਜ਼ ਭੇਜ ਰਹੇ ਨੇ ਗਵਰਨਰ ਨੂੰ, ਜਦੋਂ ਕਿ ਪਿਛਲੇ ਮਹੀਨੇ ਗਵਰਨਰ ਤੋਂ ਉਹ ਹੱਕ ਲੈਣ ਦੇ ਲਈ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸੱਦਿਆ ਜਾਂਦਾ। ਹਰਜੋਤ ਬੈਂਸ ਉਹਨੂੰ 3 ਸਾਲ ਦੀ ਐਕਸਟੈਂਸ਼ਨ ਦੇ ਰਿਹਾ, ਮੁੱਖ ਮੰਤਰੀ ਉਹ 3 ਸਾਲਾਂ ਚੋਂ 1 ਸਾਲ ਕੱਟ ਦਿੰਦਾ, ਤੇ ਜਿਹੜੇ ਗਵਰਨਰ ਪੰਜਾਬ ਨੇ ਉਹ ਸਿਰਫ 6 ਮਹੀਨੇ ਦੀ ਉਹਨੂੰ ਐਕਸਟੈਂਸ਼ਨ ਦਿੰਦੇ, ਤੇ ਨਾਲ ਹੀ ਪੰਜਾਬ ਸਰਕਾਰ ਨੂੰ ਹੁਕਮ ਕਰਦੇ ਨੇ ਕਿ ਨਵਾਂ VC ਲੱਭੋ। ਉਹ ਭਰਾਵਾ, ਤੂੰ ਤਾਂ ਇਕੱਲੇ ਇੱਕ ਦੀ ਕਹਿ ਰਿਹਾ, ਆ ਜਿਹੜੀਆਂ ਬਾਕੀ 3 ਯੂਨੀਵਰਸਿਟੀਆਂ ਪੰਜਾਬ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਦੀ ਵੀ ਟਰਮ ਖਤਮ ਹੋ ਰਹੀ ਆ, ਉਹ ਵੀ ਆਪਣੀ ਫੀਲਡਿੰਗ ਲਾਉਣ ਲੱਗਿਆ ਵੀ ਮੈਂ ਐਕਸਟੈਂਸ਼ਨ ਲੈ ਲਾਂ। ਪੰਜਾਬ ਦੇ ਵਿੱਚ ਬੰਦੇ ਨਹੀਂ ਹੈਗੇ, ਇਹ ਜਦੋਂ ਲੈ ਕੇ ਆਉਣਗੇ, ਇਹ ਅਰਵਿੰਦ ਡਾਕਟਰ ਆਏ ਨੇ, ਇਹ IIT ਮਦਰਾਸ ਤੋਂ ਆਏ ਨੇ, ਜਸਪਾਲ ਸਿੰਘ ਆਏ ਨੇ, ਇਹ ਦਿੱਲੀ ਤੋਂ ਆਏ ਨੇ, ਹੋਰ ਵੀ ਕਈ ਆ PTU ਦੇ ਵਿੱਚ ਹੁਣ ਲਾਏ ਨੇ, ਉਹ ਵੀ ਦਿੱਲੀ ਤੋਂ ਆਏ ਨੇ, ਤੇ ਇੱਕ ਲਖਨਊ ਤੋਂ ਆਏ ਹੋਏ ਨੇ। ਮਤਲਬ ਕਿ ਪੰਜਾਬ ਦੇ ਵਿੱਚ ਉਹ ਹੁਣ PAU ਦਾ ਵੀ ਤਾਂ ਤੁਸੀਂ ਡਾਕਟਰ ਲਾਏ ਹੈਗੇ ਨੇ, ਗੋਸਲ ਲਾਏ ਨੇ, ਉਹ PAU ਦੇ ਵਿੱਚ ਹੀ ਰਹੇ ਨੇ, ਉਹ ਕਿੰਨੇ ਜੀਨੀਅਸ ਬੰਦੇ ਨੇ। ਸੋ ਇਹੋ ਜਿਹੀ ਗੱਲ ਤਾਂ ਹੈ ਨਹੀਂ ਕਿ ਜੋ ਪੰਜਾਬੀ ਪੰਜਾਬ ਦੇ ਵਿੱਚ ਯੂਨੀਵਰਸਿਟੀਆਂ 'ਚ ਅੱਡ ਅੱਡ ਵਿਭਾਗਾਂ 'ਚ ਬੰਦੇ ਪੜ੍ਹਾ ਰਹੇ ਨੇ, ਉਹ ਸਾਰੇ ਨਲਾਇਕ ਲੱਗਦੇ ਨੇ ਤੁਹਾਨੂੰ? ਮੇਰੇ ਹਿਸਾਬ ਨਾਲ ਤਾਂ ਉਹਨਾਂ ਵਿੱਚ ਬਹੁਤ ਜੀਨੀਅਸ ਬੈਠੇ ਨੇ, ਪਰ ਯੂਨੀਵਰਸਿਟੀ ਦੇ ਵਿੱਚੋਂ ਹੀ ਤੁਸੀਂ ਘੱਟੋ ਘੱਟ ਇਹ ਤਾਂ ਕਰ ਸਕਦੇ ਹੋ ਵੀ ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚੋਂ ਲੱਭ ਕੇ ਬੰਦਾ ਵਾਈਸ ਚਾਂਸਲਰ GND 'ਚੋਂ ਲਾ ਦਿਓ, ਉੱਥੋਂ ਲੱਭ ਕੇ ਇੱਥੇ ਲਾ ਦਿਓ ਜੇ ਕ੍ਰੋਸ ਹੀ ਕਰਨਾ ਹੈਗਾ, ਪਰ ਬੰਦੇ ਤਾਂ ਪੰਜਾਬ ਦੇ ਲੱਭੋ ਜਿਨ੍ਹਾਂ ਨੂੰ ਪੰਜਾਬ ਦੇ ਕਲਚਰ ਦਾ ਪਤਾ, ਜਿਹੜੇ ਘੱਟੋ ਘੱਟ ਸਮਝਦੇ ਨੇ ਕਿ ਪੰਜਾਬ ਦੇ ਬੱਚੇ ਬਾਹਰ ਜਾ ਰਹੇ ਨੇ ਬੇਰੁਜ਼ਗਾਰੀ
ਤੋਂ ਭੱਜਣ ਲਈ ਔਰ ਵਧੀਆ ਐਜੂਕੇਸ਼ਨ ਲੈਣ ਲਈ ਔਰ ਨਵੀਆਂ ਚੀਜ਼ਾਂ ਸਿੱਖਣ ਲਈ ਨਵੇਂ ਸਮਾਜ ਦਾ ਵਰਤਾਂਤ ਸਿੱਖਣ ਲਈ ਤੁਸੀਂ ਉਹਨਾਂ ਨੂੰ ਕੀ ਦੇ ਰਹੇ? ਸੋ ਸ਼ਰਮਸਾਰ ਅਸੀਂ ਦੋ ਗੱਲਾਂ ਤੋਂ ਹੋਏ ਕਿ ਪੰਜਾਬ ਸਰਕਾਰ ਵੱਲੋਂ ਗੈਰ ਜ਼ਿੰਮੇਵਾਰੀ ਦੇ ਨਾਲ ਕੀਤਾ ਜਾ ਰਿਹਾ ਉਚੇਰੀ ਸਿੱਖਿਆ ਦਾ ਕਾਹਨ, ਤੇ ਦੂਜਾ ਜੇਕਰ ਇੰਨੀ ਅੱਗ ਲੱਗੀ ਹੋਈ ਸੀ ਮੁੱਖ ਮੰਤਰੀ ਸਾਹਿਬ ਕਿ ਤੁਸੀਂ ਚਾਂਸਲਰਸ਼ਿਪ ਲੈਣੀ ਆ, ਤੇ ਫਿਰ ਗਵਰਨਰ ਦੀ ਮਿੰਨਤ ਕਿਉਂ ਕੀਤੀ ਕਿ ਉਹਨੂੰ 6 ਮਹੀਨੇ ਦੀ ਐਕਸਟੈਂਸ਼ਨ ਲਈ ਤੁਸੀਂ ਸਾਈਨ ਕਰਕੇ ਆਪਣੇ ਆਪ ਨੂੰ ਵੀ ਨੀਵਾ ਕਰਾਇਆ ਤੇ ਆਪਣੀ ਪਾਰਟੀ ਦੇ ਨੁਮਾਇੰਦਿਆਂ ਨੂੰ ਵੀ ਨੀਵਾ ਕਰਾਇਆ ਜਿਹੜੇ ਕਹਿ ਰਹੇ ਸੀ ਗਵਰਨਰ ਪੰਜਾਬ ਦਾ ਮਾੜਾ ਤੱਕਦਾ ਹੈਗਾ, ਤੇ ਹੁਣ ਜਿਹੜੀ ਤੁਸੀਂ ਫਾਈਲ ਭੇਜੀ ਆ ਹੁਣ ਪੰਜਾਬ ਦਾ ਉਹ ਵਧੀਆ ਤੱਕਦਾ ਹੈ? ਤੁਹਾਨੂੰ ਐਡੀ ਕੀ ਲਾਲਚ ਸੀ? ਪਹਿਲਾਂ ਵੀ ਤਾਂ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਪ੍ਰਿੰਸੀਪਲ ਸੈਕਟਰੀ ਲੈਵਲ ਦੇ ਬੰਦੇ, ਪੀਟੀਯੂ ਦੇ ਵਿੱਚ ਪਿਛਲੇ 3 ਸਾਲ ਤੋਂ ਵਾਈਸ ਚਾਂਸਲਰ ਨਹੀਂ ਸੀ ਹੈਗਾ, ਉੱਥੇ ਪ੍ਰਿੰਸੀਪਲ ਸੈਕਟਰੀ ਹੀ ਜਿਹੜਾ ਆਉਂਦਾ ਸੀ ਉਹਨੂੰ ਹੀ ਟੈਕਨੀਕਲ ਐਜੂਕੇਸ਼ਨ ਦਾ ਉਹਨੂੰ ਹੀ ਲਾਇਆ ਜਾਂਦਾ ਸੀ ਵੀਸੀ, ਤੇ ਤੁਸੀਂ ਹਾਇਰ ਐਜੂਕੇਸ਼ਨ ਦੀ ਮੈਡਮ ਤਲਵਾਰ ਨੂੰ ਲਾ ਦਿੰਦੇ, ਨਵਾਂ ਵੀਸੀ ਲੱਭ ਲੈਂਦੇ, ਜਾਂ ਤੁਸੀਂ ਅਗਲਾ ਸੈਸ਼ਨ ਬੁਲਾਉਂਦੇ, ਇਹ ਦੁਆਰੇ ਤੁਸੀਂ ਬਿੱਲ ਪਾਸ ਕਰਾ ਲੈਂਦੇ ਚਾਂਸਲਰ ਵਾਲਾ, ਉਦੋਂ ਬਾਅਦ ਤੁਸੀਂ ਆਪ ਅਪੁਆਇੰਟ ਕਰਦੇ। ਕਿਤੇ ਸਟੈਂਡ ਤਾਂ ਲਓ ਯਾਰ, ਮਤਲਬ ਪੰਜਾਬ ਵਾਲੇ ਤੁਹਾਨੂੰ ਰੱਜ ਕੇ ਪਿਆਰ ਕਰਦੇ ਨੇ, ਪੰਜਾਬ ਵਾਲੇ ਤੁਹਾਨੂੰ ਰੱਜ ਕੇ ਸੀਟਾਂ ਦਿੱਤੀਆਂ ਨੇ, 90 ਤੋਂ ਜਮਾਂ ਸੀਟਾਂ ਦਿੱਤੀਆਂ ਨੇ, ਤੇ ਫੇਰ ਮਤਲਬ ਅਸੀਂ ਦੁਖੀ ਕਿਉਂ ਨਾ ਹੋਈ? ਇਹ ਇੱਕ ਵੱਡਾ ਕਾਰਨ ਹੈ ਕਿ ਪੰਜਾਬ ਨੂੰ, ਪੰਜਾਬ ਦੇ ਮੁੱਖ ਮੰਤਰੀ ਨੂੰ ਖਾਸ ਤੌਰ ਦੇ ਉੱਤੇ, ਕਿਉਂਕਿ ਅਸੀਂ ਤੁਹਾਡੇ ਤੋਂ ਬਹੁਤ ਉਮੀਦਾਂ ਲਾਈਆਂ ਨੇ ਕਿ ਠੀਕ ਹੈ ਵਿਰੋਧ ਕਰਨ ਵਾਲੇ ਬਹੁਤ ਬੋਲਦੇ ਨੇ, ਮਾੜਾ ਚੰਗਾ ਬੋਲਦੇ ਨੇ, ਨਿੱਜੀ ਅਟੈਕ ਕਰਦੇ ਨੇ, ਫਿਰ ਵੀ ਪੰਜਾਬ ਨੂੰ ਆਸ ਆ ਕਿ ਭਗਵੰਤ ਮਾਨ ਕੁਛ ਕਰ ਦੂਗਾ। ਪਰ ਜੇ ਤੁਸੀਂ ਆਪਣੇ ਆਪਣੇ ਪੈਰਾਂ ਤੇ ਕੁਲਾੜੀ ਆਪ ਮਾਰ ਲੱਗ ਜਾਓਗੇ, ਫਿਰ ਫੈਸਲੇ ਸਹੀ ਕਿਵੇਂ ਲਓ? ਘੱਟੋ ਘੱਟ ਤੁਸੀਂ ਜਿਹੜੇ ਕੰਮ ਲਈ ਵਿਧਾਨ ਸਭਾ ਦਾ ਸੈਸ਼ਨ ਲਿਆਉਂਦਾ, ਪੰਜਾਬ ਯੂਨੀਵਰਸਿਟੀ ਐਕਟ ਤੁਸੀਂ ਪਾਸ ਕੀਤਾ ਹੈਗਾ, ਉਹਦਾ ਐਕਟ ਦਾ ਨਾਮ ਕੀ ਰੱਖਿਆ ਸੀ ਤੁਸੀਂ? ਆਪਣਾ ਪੰਜਾਬ ਯੂਨੀਵਰਸਿਟੀ ਲਾਜ਼ ਅਮੈਂਡਮੈਂਟ ਬਿੱਲ 2023, 20 ਜੂਨ ਨੂੰ ਸਪੈਸ਼ਲ ਸੈਸ਼ਨ ਦੇ ਵਿੱਚ ਤੁਸੀਂ ਉਹਨੂੰ ਪਾਸ ਕੀਤਾ ਹੈਗਾ, ਠੀਕ ਹੈ ਨਾ? ਉਹ ਤੁਸੀਂ ਬਰਵਾਰੀ ਲਾਲ ਪਰੋਤ ਨੂੰ ਭੇਜਿਆ, ਉਹਨੇ ਪਾਸ ਕਰਕੇ ਅੱਗੇ ਦੇਣਾ, ਉਹ ਵੀ ਕਿਉਂਕਿ ਉਹਦੇ ਹੱਥ 'ਚ ਵੀ ਪਾਵਰ ਜਾਂਦੀ ਹੈ, ਉਹ ਪੂਰਾ ਜ਼ੋਰ ਲਾਊਗਾ। ਸੋ ਤੁਸੀਂ ਉਹਦੇ ਮੂਹਰੇ ਝੁੱਕ ਗਏ, ਤੇ ਕੀ ਅਸੀਂ ਮੰਨ ਲਈਏ ਕਿ ਪੰਜਾਬ ਵੀ ਝੁੱਕ ਗਿਆ? ਪੰਜਾਬ ਪੂਰਾ ਸ਼ਰਮਸਾਰ ਹੈ 2-3 ਗੱਲਾਂ ਤੋਂ, ਕਿ ਪੰਜਾਬ ਦੇ ਅੰਦਰ ਕੋਈ ਵਾਈਸ ਚਾਂਸਲਰ ਲੱਗਣ ਦੇ ਕਾਬਿਲ ਨਹੀਂ ਹੈਗਾ, ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਵੀ ਮੈਂ ਚਾਂਸਲਰ ਹੋਊਂ, ਮੈਂ ਬੰਦਾ ਲਾਊਂ, ਤੇ ਅੱਜ ਉਹ ਕਿਹੜੀ ਇਹੋ ਜਿਹੀ ਜ਼ਰੂਰਤ ਪੈ ਗਈ, ਕੀ ਇਹੋ ਜਿਹਾ ਲਾਲਚ ਹੋ ਗਿਆ, ਕੀ ਇਹੋ ਜਿਹੀ ਮਜਬੂਰੀ ਹੋ ਗਈ ਕਿ ਅਸੀਂ ਮੰਨ ਲਈਏ ਕਿ ਵਾਕਈ ਦਿੱਲੀ ਵਾਲਿਆਂ ਦੀ ਚੱਲਦੀ ਆ? ਕਿਉਂਕਿ ਜਿਹੜਾ ਡਾਕਟਰ ਜਸਪਾਲ ਸਿੰਘ ਆ, ਉਹਦਾ ਸਾਲਾ ਸਰਦਾਰ ਸੁਖਬੀਰ ਸਿੰਘ ਸੰਧੂ ਚੀਫ ਸੈਕਟਰੀ ਉੱਤਰਾਖੰਡ ਦੇ, ਔਰ ਉਹਨਾਂ ਦੇ ਜੂਨੀਅਰ ਲੱਗੇ ਹੋਏ ਨੇ ਇਸ ਵੇਲੇ ਹਾਇਰ ਐਜੂਕੇਸ਼ਨ ਦੇ ਸੈਕਟਰੀ ਮੂਰਤੀ ਜੀ, ਉਹਨਾਂ ਦਾ ਆਪਸ ਵਿੱਚ ਪਿਆਰ ਆ, ਤੇ ਉਹਨਾਂ ਦੀ ਉਹ ਕੋਲੈਬੋਰੇਸ਼ਨ ਅੱਗੇ ਮੈਡਮ ਤਲਵਾਰ ਨਾਲ ਵੀ ਹੈਗੀ ਆ, ਆਪਸ ਵਿੱਚ ਬਹੁਤ ਅੱਛੇ ਪਰਿਵਾਰਕ ਤਾਲੁਕਾਤ ਨੇ। ਇਹ ਤਾਂ ਇੱਕ ਹੋ ਗਿਆ। ਫਿਰ ਉਸ ਬੰਦੇ ਨੂੰ, ਡਾਕਟਰ ਜਸਪਾਲ ਸਿੰਘ ਨੂੰ ਸਾਡੇ ਸੂਤਰ ਦੱਸਦੇ ਨੇ ਕਿ ਤੁਹਾਡਾ ਆਪਣਾ ਰਾਜ ਸਭਾ ਦਾ ਮੈਂਬਰ ਜੋ ਲਵਲੀ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਵੀ ਰਿਹਾ ਜਾਂ ਮਾਲਕ ਵੀ ਰਿਹਾ ਹੈਗਾ, ਉਹ ਖੁਦ ਲੈ ਕੇ ਜਾਂਦਾ ਹੈਗਾ ਉਹਨੂੰ ਆਪਣੇ ਰਾਘਵ ਚੱਡੇ ਦੇ ਕੋਲੇ। ਰਾਘਵ ਚੱਡੇ ਕੋਲੋਂ ਫਿਰ ਉਹ ਸਾਰੀ ਗੇਮ ਹੁੰਦੀ ਹੈ, ਔਰ ਲਵਲੀ ਯੂਨੀਵਰਸਿਟੀ ਤਾਂ ਖੁਦ ਸਾਂਝ ਹੈਗੀ ਆ ਬੀਜੇਪੀ ਦੇ ਨਾਲ, ਬੀਜੇਪੀ ਦੇ ਮੰਤਰੀ ਇਹਨਾਂ ਦੇ ਪਾਰਟਨਰ ਹੈਗੇ ਨੇ। ਸੋ ਅਸੀਂ ਕੀ ਸਮਝੀਏ ਕਿ ਤੁਸੀਂ ਦਿੱਲੀ ਵਾਲਿਆਂ ਦੀ ਮੰਨ ਰਹੇ ਹੋ, ਦਿੱਲੀ ਵਾਲਿਆਂ ਦੀ ਉਹ ਚੱਲ ਰਹੀ ਆ, ਜਾਂ ਪੰਜਾਬ ਦੇ ਵਿੱਚ ਭਗਵੰਤ ਮਾਨ ਦੀ ਚੱਲ ਰਹੀ? ਇਹ ਸਾਬਿਤ ਕਰਨਾ ਬੜਾ ਔਖਾ ਹੈਗਾ ਪਰ ਬਹੁਤ ਜ਼ਰੂਰੀ ਹੈਗਾ। ਇਹਨਾਂ ਸ਼ਬਦਾਂ ਨਾਲ ਮੈਂ ਮਾਫੀ ਚਾਹੁੰਦਾ ਹੈਗਾ ਸਾਰਿਆਂ ਤੋਂ, ਲੇਕਿਨ ਪੰਜਾਬ ਦੇ ਲਈ, ਪੰਜਾਬ ਦੇ ਹੱਕਾਂ ਲਈ ਮੈਂ ਕਿਸੇ ਬਾਰੇ ਵੀ ਬੋਲਣ ਤੋਂ ਕਦੇ ਪਿੱਛੇ ਨਹੀਂ ਹੋਵਾਂਗਾ, ਕਿਉਂਕਿ ਤੁਸੀਂ ਦੇਖ ਰਹੇ ਹੋ ਪ੍ਰੋਫੈਸਰ ਪ੍ਰੋਗਰਾਮ ਅਨਬਾਇਸਡ ਵਿਦ ਗੁਰਮਿੰਦਰ ਸਿੰਘ ਸਮਤ, ਨੋ ਫੇਵਰ ਤਿੱਖੇ ਦੇਵਾ।